ਹੈਲੋ ਗਾਈਜ਼, ਅੱਜ ਪ੍ਰਵਰੀਤ ਦੇ ਸਕੂਲ 'ਚ ਹੈਗੀ ਆ ਥੀਮ ਬੇਸ ਅਸੈਂਬਲੀ, ਇਸ ਲਈ ਅੱਜ ਇਹਨੇ ਡਰੈਸ ਨਹੀਂ ਪਹਿਨੀ। ਅੱਜ ਇਹਨੇ ਡਰੈਸ ਪਹਿਨੀ ਆ ਬਲੈਕ ਆਊਟਫਿਟ, ਕਿਉਂਕਿ ਇਹਨਾਂ ਦੀ ਕੋਈ ਬਲੈਕ ਆਊਟਫਿਟ 'ਚ ਉਹ ਹੋਣੀ ਹੈ ਥੀਮ ਬੇਸ ਅਸੈਂਬਲੀ ਹੈ, ਅਤੇ ਡਰੈਸ ਇਹਦੇ ਨਾਲ ਕੈਰੀ ਕਰ ਲਈ ਅਤੇ ਫਿਰ ਉੱਥੇ ਸਕੂਲ ਵਿੱਚ ਚੇਂਜ ਕਰ ਲੂਗੀ। ਲੈਕਚਰਸ ਤਾਂ ਹੋਣਗੇ ਹੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਅਵਰ ਚੈਨਲ ਰਹਿਲ ਫੈਮਿਲੀ ਬਲੌਗਸ। 7:30 ਹੋ ਗਏ, 7 o'clock ਪ੍ਰਵਰੀਤ ਦੀ ਬਹਿਨ ਚਲੀ ਜਾਂਦੀ ਆ, ਉਹ ਚਲੀ ਗਈ ਸਕੂਲ। ਅੱਜ ਉਹਦੇ ਸਕੂਲ ਵਿੱਚ ਹੈਗੀ ਸੀ ਥੀਮ ਬੇਸਡ ਅਸੈਂਬਲੀ ਸੀਗੀ, ਉਹਦੇ ਲਈ ਉਹਨੇ ਪਾ ਕੇ ਜਾਣਾ ਸੀ ਅੱਜ ਬਲੈਕ ਆਊਟਫਿਟ ਵਿੱਚ ਰੈਡੀ ਕਰਕੇ ਉਹ ਭੇਜਤੀ। ਬਾਕੀ ਯੂਨੀਫਾਰਮ ਉਹ ਵੈਸੇ ਉਹ ਨਾਲ ਲੈ ਗਈ, ਉੱਥੇ ਚੇਂਜ ਕਰ ਦੇਣਗੇ। ਮੈਂ ਜਾਣਾ ਅੱਜ ਨਾਭੇ ਜਾਣਾ। ਮੇਰੀ ਮੰਮੀ ਦਾ ਫੋਨ ਆਇਆ ਸੀਗਾ, ਕਹਿੰਦੀ ਮੈਨੂੰ ਕੱਪੜੇ ਲੈ ਕੇ ਦੇ ਕੇ ਜਾ, ਗਰਮੀ ਵਾਲੇ ਮੇਰੇ ਕੋਲ ਹੈ ਨਹੀਂ ਆਉਣ ਜਾਣ ਵਾਲੇ, ਅਤੇ ਫਿਰ ਆਪਾਂ ਦੇਖਦੇ ਹਾਂ ਨਾਭੇ ਜਾ ਕੇ ਕਿੱਦਾਂ ਦੇ ਕੱਪੜੇ ਮਿਲੇ। ਫਿਰ ਵੈਸੇ ਮੈਂ ਮੰਮੀ ਨੂੰ ਦੱਸਿਆ ਨਹੀਂ ਹੈਗਾ ਕਿ ਮੈਂ ਅੱਜ ਆਊਂਗੀ, ਦੇਖਦੇ ਹਾਂ ਉਹਦਾ ਕੀ ਰਿਐਕਸ਼ਨ ਹੋਊਗਾ। ਸਰਪ੍ਰਾਈਜ਼ ਦੇਣਾ ਮੰਮੀ ਨੂੰ ਅੱਜ ਕੱਪੜੇ ਲੈ ਕੇ ਜਾ ਕੇ। ਕਦੇ ਵੀ ਜਾਣਾ ਹੋਵੇ ਤਾਂ ਤੇਲ ਕਹਿਣਗੇ ਤਾਂ ਪਵਾਉਣਾ, ਖਵਾਉਣਾ ਪਵਾਉਣਾ ਤਾਂ ਐਸੇ ਉੱਤੇ ਚੱਲਦਾ ਤੇ ਹਾਂ। ਪਹਿਲਾਂ ਗੱਡੀ ਮੈਨੂੰ ਸਮਾ ਦਿਓ, ਅੱਜ ਫੜਾਓ ਚਾਬੀ ਇੱਧਰ, ਮੈਂ ਚਲਾਉਂਗਾ। ਲੈ ਫੜਾਓ ਚਾਬੀ, ਲੈ ਲੈ ਚਾਬੀ, ਮੈਂ ਚਲਾਉਂਗੀ, ਕੱਲੀ ਚਾਬੀ ਨੀ ਫੜਦੀ। ਇਹਨਾਂ ਨੂੰ ਪਤਾ ਹੈ ਵੀ ਹੁਣ ਇਹਨੂੰ ਚਲਾਉਣੀ ਨੀ ਆਉਂਦੀ, ਪੰਗਾ ਦੇਈ ਆ ਸਿਆਪਾ ਕਰਨਾ ਪੈਂਦੀ। ਸਿੱਖੂਗੀ ਬਾਈ ਹੁਣ ਮੈਂ, ਜਿੱਦਾਂ ਮੈਂ ਸਿੱਖ ਲਈ ਗੱਡੀ ਉਹਦੇ ਫਿਰ ਮੈਂ ਆਪੀ ਦੇ ਰਪਾਇਆ ਕਰੂੰਗੀ। ਅਜੇ ਤਾਂ ਤੁਸੀਂ ਉਹ ਪਾਓਗੇ, ਹਾਂ ਤਾਂ ਤੁਹਾਡੀ ਉਹ ਜੇਬ ਖਾਲੀ ਕਰਾਉਂਦੇ। ਮੈਂ ਪਾ ਲੂੰਗੀ, ਉਹਦੇ ਮੈਂ ਪਾ ਲੂੰਗੀ, ਇਹੀ ਗੱਲ ਉਦੋਂ ਤਾਂ ਮੈਂ ਪਾ ਲੂੰਗੀ। ਆਪਾਂ ਜਾਂਦੇ ਹਾਂ ਜੀ, ਨਾਭੇ ਹੋ ਗਏ ਤਿਆਰ, ਉੱਧਰ ਲੱਗੀ ਵੀ ਆ ਕਰੇਨ, ਰੇਹ 'ਚ ਕੰਮ ਦਾ ਟਾਈਮ ਆ। ਬਸ ਅੱਜ ਇਹ ਲਾਸਟ ਗੇੜਾ ਜਿਹੜਾ, ਇਸ ਤੋਂ ਬਾਅਦ ਕਹਿੰਦੇ ਆਪਾਂ ਜਾਣਾ ਨਹੀਂ ਹੈਗਾ, ਹੈ ਨਾ, ਅੱਜ ਲਾਸਟ ਗੇੜਾ, ਫਿਰ ਨਾਭੇ ਨੂੰ ਉੱਪਰ ਜਾਣਾ ਬੰਦ। ਨਾਲੇ ਤਾਂ ਹੁਣ ਤੁਸੀਂ ਜਾਣ ਵੇਲੇ ਆਪਦੇ ਕੱਪੜੇ ਗੰਦੇ ਕਰਦੇ ਹੋ, ਨਾਲੇ ਦੂਏ ਤੇ ਗਰਦ ਪਾਉਂਦੇ ਹੋ, ਫਾਇਦਾ ਕੋਈ? ਪਹਿਲੀ ਸਾਫ਼ ਕਰ ਲਿਆ ਕਰੋ, ਇਹਨੂੰ ਕੱਪੜਾ ਪਾ ਦਿਆ ਕਰੋ, ਇਹਦਾ ਤਾਂ ਉਹ ਪਿਆ ਦਾ ਕਵਰ ਪਵਰੀ ਉਹਦੀ ਸਾਈਕਲ 'ਤੇ, ਇਹ ਕਵਰ ਨਹੀਂ ਪਾਉਂਦੇ ਹੈਗੇ। ਪਤਾ ਨਹੀਂ ਇਹਨਾਂ ਦਾ ਅੱਜ ਕਾਹ ਦਊਗੀ, ਧਵਾਉਣ ਵਾਲਾ ਦਿਨ ਕਾਹ ਦਊਗਾ। ਮੇਰੀ ਗੱਲ ਸੁਣੋ, ਅੱਜ ਨਾਭੇ 'ਤੇ ਜਾਵਾਂਗੇ, ਉਹਦੇ ਪੰਜਮੁਖੀ ਵਾਲੇ ਪੰਡਿਤ ਕੋਲ ਜਾਵਾਂਗੇ, ਤਰੀਕ ਕਢਾ ਲੈਣਾ ਜੀ ਅਸੀਂ ਗੱਡੀ ਕਿਹੜੇ ਦਿਨ ਤੋਂ ਆਈਏ। ਪੁੱਛਿਆ ਉਹਨੇ ਉਹਨੂੰ, ਕੋਈ ਕੁਛ ਦਾਨ ਪੁੰਨ ਦੱਸ ਦੂ, ਗ੍ਰਹਿ ਗ੍ਰਹਿ ਆ ਵੀ ਭਾਈ ਬੰਦਾ ਗੱਡੀ ਨਹੀਂ ਧੋਂਦਾ। ਚਲੋ ਜੀ, ਚਲੋ ਜੀ ਚੱਲੀਏ, ਏਦਾਂ ਗੱਲਾਂ ਹੁਣ ਅਸੀਂ ਮਰੀ ਜਾਣਗੇ। ਕੀ ਚੱਲਦਾ ਵੀ ਇਹ, ਬਲੌਗ ਕਰਦੀ ਆ, ਐਡਿਟ ਕਰ ਰਹੀ ਆ, ਘਰੇ ਦਾ ਟਾਈਮ ਹੀ ਲੱਗਦਾ ਗੱਡੀ 'ਚ ਬੈਠੀ ਬੈਠੀ। ਹੋ ਹਰ ਇੱਕ ਟਾਈਮ ਦੀ ਆਪਦੀ ਆਪਦੀ ਵੈਲਿਊ ਹੁੰਦੀ ਆ। ਅੱਛਾ, ਯੈਸ, ਮੈਂ ਟਾਈਮ ਸਿੱਖ ਲਓ ਸਿੱਖ ਲਓ ਸਿੱਖ ਲਓ ਸਿੱਖ ਲਓ ਕਰੇਂ ਜਵਾਕਾਂ ਕਰਕੇ ਟਾਈਮ ਆਇਆ, 2 ਘੰਟੇ ਕਿਰਾੜੇ ਚੱਲਦੇ ਨੇ ਘਰੇ, ਉਹ ਐਦਾਂ ਫਿਰ ਰੈਸਟ ਵੀ ਜ਼ਰੂਰੀ ਹੈ ਸਰੀਰ ਨੂੰ ਭਾਈ, ਐਦਾਂ ਫਿਰ ਮਰ ਜਾਾਂਗੇ, ਬਿਮਾਰ ਹੋ ਜਾਾਂਗੇ, ਕਰੇਂ ਜਵਾਕਾਂ ਕਰਕੇ ਟਾਈਮ ਨਹੀਂ ਲੱਗਦਾ ਹੈਗਾ। ਹੁਣ ਗੱਡੀ 'ਚ ਜਾ ਜਾਂਦੇ ਫ੍ਰੀ ਹੋ, ਆਪਾਂ ਐਡਿਟ ਕਰ ਲੈਣੇ ਆ, ਉਹ ਹਾਰ ਜਾਵਾ ਛੋਟੇ ਪੱਦੂ ਨੂੰ ਵੀ ਲੈ ਕੇ, ਅੱਜ ਇਬਾਦਤ ਵੀ ਨਹੀਂ ਨਾਲ, ਮੇਨ ਗੱਲ ਤਾਂ ਕਰੇ ਵੀ ਫਾਇਦਾ ਉਠਾਉਣਾ ਚਾਹੀਦਾ ਨਾ, ਤਾਂ ਕਰਕੇ ਮੈਂ ਬੀਜੀ। ਚਲੋ ਕਣਕਾਂ ਕਣਕਾਂ ਦੀ ਵਾਢੀ ਪੈ ਗਈ, ਹੁਣ ਤਾਂ ਲੱਗ ਗਏ ਲੋਕ ਵੱਢਣ, ਘੱਟ ਵੱਧ ਹੀ 3-4 ਦਿਨ ਤੱਕ ਪੂਰਾ ਜ਼ੋਰ ਪੈ ਚੁੱਕਾ ਹੁਣ।
ਕਣਕਾਂ ਦਾ ਟਾਈਮ ਹੈ ਬਸ ਤਾਂ ਹੀ ਕੰਮ ਅੱਜ ਆਪਣਾ ਲਾਸਟ ਗੇੜਾ। ਹਾਂ ਬਾਈ ਹੁਣ ਲਾਸਟ ਗੇੜਾ ਅੱਜ ਇਹਨਾਂ ਨੂੰ ਕਹਿਤਾ ਮੈਂ ਆਪਦਾ ਕਰ ਲਓ ਹੁਣ ਇੱਕ ਮਹੀਨ ਜਦ ਤੱਕ ਜੀਰੀ ਨਹੀਂ ਲੱਗਦੀ ਕਿਤੇ ਨਹੀਂ ਆਉਂਦਾ ਆਉਂਦਾ ਹੁਣ ਮੈਂ ਮੈਂ ਗੱਡੀ ਚਾਬੀ ਲੁਕਾਉਣੀ ਆ ਜਾਂ ਡਰਾਈਵਰ ਲੱਭ ਲਓ ਕੋਈ ਮੈਂ ਨੀ ਜਾ ਸਕਦਾ ਆਪਣਾ ਕੋਰ ਆ ਰਿਹਾ ਵਾ ਤੋੜ ਕੇ। ਹਾਂ ਹੱਥ ਦੀ ਗੱਲ ਕਰਦੇ ਕਿਸੇ ਦੀ ਹਾਂ ਦੂਜਾ ਕੰਮ ਨੀ ਕਰਦੇ ਆਹ ਹੈ ਵਾਹ ਪੁਲ ਆ ਗਿਆ ਦੇਖੋ ਇਹ ਜ਼ਬਰਦਸਤ 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 ਬਈ ਵਾਹ ਵਾਲੀ ਘੈਂਟ ਲੋਕੇਸ਼ਨ ਲੱਗਦੀ ਹੈ ਇਹ ਸਬੂਤ ਰਹਿੰਦਾ ਹੁਣ ਵੀ ਤਾਂ ਤੁਸੀਂ ਮੁੱਕਰ ਕੇ ਤੇ ਦਿੱਤਾ ਮੈਂ ਤੁਹਾਨੂੰ ਸੱਤ ਤੀਕਾਂ ਦੇ ਛੇ ਇੰਨੇ ਸ਼ੁਕਰ ਮੇਰੇ ਕੋਲ ਫੋਨ ਚ ਵੀਡੀਓ ਪਈ ਤੀ ਮੈਂ ਵੀਡੀਓ ਦਿਖਾਈ ਹੈ ਤਾਂ ਮੈਨੂੰ ਪੈਸੇ ਮਿਲ ਰਹੇ ਨੇ ਤਾਂ ਹੀ ਮੈਂ ਵੀਡੀਓ ਬਣਾਈ ਆ ਕੁੰਡੀ ਲੱਗੂ ਇਹ ਨਾ ਵੀ ਨਾ 500 ਮੈਨੂੰ ਵੱਧ ਦੋ ਵਿਆਜ ਦਾ ਕਿਉਂ ਕਿਉਂ ਵਿਆਜ ਤੈਨੂੰ ਹੋਰ ਨਾ ਦੇ ਦਾ ਵਿਆਜ ਟੇਲ ਦਾ ਬਾਪੂ ਆਹ ਦੇਖੋ ਵੀ ਦੋ ਨੋਟ ਆ ਨੇ 7000 ਰੁਪਏ ਹੋ ਗਿਆ ਹੁਣ ਹੁਣ ਹਰਾਮ ਜਦਗੀ ਨਾ ਕਰੀ ਕੋਈ ਕਿੰਨੇ ਖਰਾਬ ਹੋ ਗਏ ਤੇ ਵੀਡੀਓ ਬਣਾਉਂਦੇ ਨੇ ਲੋਕਾਂ ਨੂੰ ਜਾਂਦੀ ਵੀ ਹਾਂ ਜਾਓ ਭੱਜੋ ਓਕੇ ਨਾਲ ਮੇਰੀ ਵੀ ਡਾਇਟਿੰਗ ਖਰਾਬ ਕਰਦਾ ਮੈਨੂੰ ਆਪਦੀ ਤਾਂ ਡਾਇਟਿੰਗ ਖਰਾਬ ਕਰਦੇ ਹੀ ਕਰਦੇ ਨੇ ਨਾਲ ਮੇਰੀ ਡਾਇਟਿੰਗ ਵੀ ਖਰਾਬ। ਲਓ ਜੀ ਸਾਡਾ ਅੱਜ ਆਰਡਰ ਰੈਡੀ ਹੈ ਖਾ ਕੇ ਹੁਣ ਚੱਲਦੇ ਹਾਂ ਫਟਾਫਟ ਦੇਖਦੇ ਹਾਂ ਮਾਈ ਉਹ ਕੀ ਲੈ ਲਓ ਨਿੱਕੋ ਇੱਕ ਤਾਂ ਪੀਜ਼ਾ ਗਾਰਲਿਕ ਬ੍ਰੈਡ ਇਹ ਤਾਂ ਮੈਨੂੰ ਉਲਟਾ ਲੱਗਦਾ ਤਾਂ ਗਾਰਲਿਕ ਬ੍ਰੈਡ ਆਹ ਮੇਰਾ ਫੇਵਰੇਟ ਐਵਰ ਗ੍ਰੀਨ ਫੇਵਰੇਟ ਪੀਜ਼ਾ ਹੁਣ ਪਤਾ ਨਹੀਂ ਕਿ ਇਹਨੂੰ ਡਰਿੰਕ ਕਿਹੜਾ ਲੈ ਕੇ ਆਉਣਾ ਜਿਹੜਾ ਕਿ ਹਾਰਡ ਨਹੀਂ ਲਓ ਜੀ ਲਓ ਇੱਥੇ ਰੱਖੋ ਮੂੰਹ 'ਚ ਪਾਣੀ ਜਾ ਹੁਣ ਤੂੰ ਕੈਮਰਾ ਪਰਾਂ ਕਰ ਲੈ ਆਹ ਪਰ ਤੈਨੂੰ ਮੇਰੀ ਵੀ ਡਾਇਟਿੰਗ ਦਾ ਸੱਤਿਆ ਨਾਸ ਵਜਾਤਾ ਕੁਛ ਖਵਾਊ ਹੁਣ ਮੈਨੂੰ ਆ ਹੋ ਗਿਆ ਖਾਣਾ ਹੋ ਗਿਆ ਫਿਨਿਸ਼ ਹੁਣ ਅਸੀਂ ਚੱਲੇ ਫੂਡ ਵੈਰੀ ਡਿਲੀਸ਼ੀਅਸ ਸੀਗਾ ਫੋਨ ਤੁਹਾਡਾ ਮੇਰੇ ਕੋਲ ਆ ਹੁਣ ਅਸੀਂ ਛੇਤੀ ਛੇਤੀ ਬਸ ਮੰਮੀ ਕੋਲ ਜਿੰਨਾ ਉਹਦੇ ਛੱਟ ਕੇ ਕੱਪੜੇ ਆ ਜਾਣਾ ਤੁਸੀਂ ਤਾਂ ਮੈਨੂੰ ਉਤਰਦੇ ਨਹੀਂ ਹੈ
ਇਹ ਤਾਂ ਉਤਰਦੇ ਨਹੀਂ ਹੈਗੇ ਗੱਡੀ ਚੋਂ, ਮੈਂ ਛੇਤੀ ਦੇ ਕੇ ਉਤਰ ਕੇ ਕੱਪੜੇ ਫੜਾ ਕੇ ਮੰਮੀ ਨੂੰ ਭੱਜਿਆ ਬਸ। ਵਿਚਾਰੀ ਕਹੂੰਗੀ ਇੰਨੀ ਦੇਰ ਬਾਅਦ ਆਈ, ਫਿਰ ਹੱਥ ਲਾ ਕੇ ਭੱਜ ਗਈ। ਕੀ ਆ ਇਹ ਕੰਮ ਔਖਾ ਵਾ, ਖਰਾਬ ਆ ਵੀ, ਵਿਆਹ ਤੋਂ ਬਾਅਦ ਤਾਂ ਔਖਾ ਹੁੰਦਾ, ਅਗਲੇ ਪਿੰਡ ਵੀ ਆਏ ਜਾਣਾ ਪੈਂਦਾ। ਦਿਲ ਚ ਖੁਸ਼ੀ ਜੀ ਹੋ ਜਾਂਦੀ ਆ ਹਨਾ, ਆਪਦੇ ਪਿੰਡ ਦਾ ਰਾਹ ਦੇਖ ਕੇ, ਵਾਹ ਕਿਆ ਬਾਤ ਹੈ। ਆਪੇ ਕਹੀ ਜਾਂਦੀ ਤੁਸੀਂ ਤਾਂ ਕਹਿੰਦੇ ਨੀ ਹਨਾ, ਆਪਦੇ ਪਿੰਡ ਦਾ ਵੀ ਕਿੰਨਾ ਫਰਕ ਹੁੰਦਾ ਦੇਖ ਲਾ ਹਨਾ, ਕਿੰਨਾ ਪਿਆਰ ਪਿਆਰ ਜਿਹਾ ਹੁੰਦਾ ਰਾਹਾਂ ਦਾ ਵੀ, ਕਿੰਨਾ ਵਧੀਆ ਲੱਗਦਾ ਆਪਦਾ ਪਿੰਡ ਦੇਖ ਲਓ। ਕਿੰਨੇ ਖਰਾਬ ਨੇ ਦੇਖੀ, ਮੋੜ ਕੇ ਗੱਡੀ ਖੜਾ ਚੱਲ ਆ ਜਾਓ ਮਾੜਾ ਜਾ ਹੁਣ ਹਵਾ ਨਾ ਕਰੋ ਚੰਗਾ। ਮੰਮੀ ਆਏ ਕਿੱਧਰ ਗਈ? ਏ ਮਾਂ ਲਾ ਤੂੰ ਆ ਜਾ, ਤੂੰ ਲਾ ਆ ਜਾ, ਆ ਜਾ ਤੂੰ ਆ ਜਾ ਬਸ, ਇੰਨਾ ਚਿਰ ਨੀ ਮਾਂ ਬਹਿੰਦੇ। ਤੂੰ ਸੂਟ ਦੇਖ ਆਪਦੇ, ਇੱਥੇ ਨੀ ਬੰਦਾ ਦੋ ਅੱਠ ਮੱਛਰ ਵੀ ਮਾਰਿਆ। ਤੂੰ ਆ ਜਾ, ਤੂੰ ਸੂਟ ਦੇਖ ਆਪਦੇ, ਮੈਂ ਜਾਣਾ ਸਾਡੀ ਫੀਡ ਉਹਦੇ ਚ ਪਈ ਆ, ਵਿਹੜੇ ਚ ਤਾਰ ਗਿਆ ਭਾਈ, ਘਰੋਂ ਫੋਨ ਆਉਂਦਾ। ਹੁਣ ਨੀ ਪਸੰਦ ਹੈਗਾ ਨਹੀਂ ਪਸੰਦ ਆ ਦੇਖ, ਹੌਲੀ ਹੌਲੀ ਕਰ ਲੈ ਹੌਲੀ। ਦੋ ਪਸੰਦ ਆ ਇੱਕ ਨੀ ਪਸੰਦ ਆਇਆ, ਦੋ ਪਸੰਦ ਆ ਗਏ, ਇੱਕ ਪਸੰਦ ਨਹੀਂ ਆਇਆ, ਉਹ ਆਪਣੀ ਮੰਮੀ ਨੂੰ ਕਰਾ ਲਾਂਗੇ ਪਸੰਦ, ਉਹ ਲੈ ਲੂਗੀ। ਠੀਕ ਆ, ਚੱਲ ਜਲਦੀ ਫੜਾ। ਹਾਂ ਕੀ ਆ ਇਹ ਆ ਮੰਜਾ ਬਣਿਆ? ਆਟਾ ਮੰਜਾ ਬਣਾਇਆ, ਹੁਣ ਵੀ ਮੰਜਾ ਬਣਦਾ ਹੈ। ਹਲਕਾ ਤੇ ਕਹਿੰਦੀ ਲਵੇ ਦੀ
ਲੱਗਿਆ ਲੈ ਕਿਉਂ ਨਹੀਂ ਲੱਗਿਆ ਦੇ ਲਵੇ ਲਾ ਦਾਂ ਦੀ ਦੱਸ ਫਿਰ ਬਾਲ ਬਚਾ ਲਿਆ ਹੋਊਗਾ ਚੱਲ ਪੈਸੇ ਪਤਾ ਕਿੰਨੇ ਦੇ ਕੋਲ ਹੁਣ ਤੂੰ ਲੈ ਲਾ ਜਾਂਦੇ ਲੈਣੇ ਲੈ ਚੱਲ ਚੱਲ ਯਾਰ ਉਹ ਨਿਕਲਿਆ ਭਾਈ ਨਿਕਲਿਆ ਕੱਢਣੀ ਔਖੀ ਹੁੰਦੀ ਰਹੇ ਚੱਲ ਆਇਆ ਫਟਾਫਟ ਆਪਾਂ ਆ ਗਏ ਘਰੇ ਘਰੇ ਆ ਕੇ ਦੇਖਿਆ ਵਿਹੜੇ 'ਚ ਭੀੜ ਹੈ ਵੀ ਨਹੀਂ ਜਿਹੜੀ ਗੱਲ ਪਿੱਛੇ ਛੇਤੀ 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 ਭਜਾ ਕੇ ਲੱਗਿਆ ਆਪਣਾ ਮੈਨੂੰ ਤਾਂ ਮੇਰੀ ਮਾਂ ਕੋਲ ਵਿਚਾਰੀ ਕੋਲ 2 ਮਿੰਟ ਬੈਠਣ ਵੀ ਨਹੀਂ ਦਿੱਤਾ ਹੈਗਾ ਬਾਲਾ ਚਲਾਕ ਕੋਈ ਗੱਲ ਨਹੀਂ ਹੁਣ ਲੜਾਈ ਕਰਨੀ ਪਊਗੀ ਹੁਣ ਕਾਹਦਾ ਆ ਗਿਆ ਧਾਗਾ ਜਿਹਾ ਵੀਡੀਓ ਨੂੰ ਕਰੋ ਲਾਈਕ ਚੈਨਲ ਨੂੰ ਕਰੋ ਸਬਸਕ੍ਰਾਈਬ।